ਸਤਿ ਸ਼੍ਰੀ ਅਕਾਲ। ਕ੍ਰਿਸ਼ੀ ਹੈਲਪਲਾਈਨ ਚੈਨਲ ਵਿੱਚ ਕਿਸਾਨ ਭੈਣਾਂ ਭਰਾਵਾਂ ਦਾ ਸਵਾਗਤ ਹੈ। ਇਸ ਟਾਈਮ ਗੱਲ ਕਰਾਂਗੇ ਗਰਮੀਆਂ ਵਿੱਚ ਵੱਧ ਫੈਟ ਅਤੇ ਵੱਧ SNF ਵਾਲਾ ਦੁੱਧ ਲੈਣ ਬਾਰੇ, ਅਤੇ ਉਹ ਵੀ ਸਟ੍ਰੈਸ ਫਰੀ ਪਸ਼ੂ ਰਹਿੰਦੇ ਨੇ। ਆਇਰਸ਼ਾਇਰ ਨਸਲ ਹੈ, ਰੈੱਡ ਐਂਡ ਵਾਈਟ ਵੀ ਜਿਹਨੂੰ ਕਹਿੰਦੇ ਨੇ। ਅਤੇ ਬਿਰਕ ਆਇਰਸ਼ਾਇਰ ਫਾਰਮ ਸ਼ੇਰਗੜ੍ਹ ਤੋਂ ਸਾਡੇ ਨਾਲ ਨਵਦੀਪ ਸਿੰਘ ਜੀ ਜੁੜੇ ਨੇ, ਜੋ 12 ਸਾਲ ਤੋਂ ਇਸ ਨਸਲ 'ਤੇ ਕੰਮ ਕਰ ਰਹੇ ਨੇ। ਸੀਮਨ ਵੀ ਅਵੇਲੇਬਲ ਹੈ ਹੁਣ, ਜੋ ਇਹਨਾਂ ਦਾ ਕਹਿਣਾ ਹੈ। ਇਹਨਾਂ ਬਾਰੇ ਗੱਲ ਕਰਾਂਗੇ ਨਵਦੀਪ ਸਿੰਘ ਜੀ ਨਾਲ। ਹਾਂਜੀ ਨਵਦੀਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ 'ਤੇ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ ਇੱਥੇ ਪਹੁੰਚਣ 'ਤੇ ਤੁਹਾਡਾ ਵੀ। ਸਰ ਇਹ ਦੱਸੋ ਵੀ ਆਪਾਂ ਗਰਮੀਆਂ 'ਚ ਜਿਵੇਂ ਆਮ ਪਸ਼ੂਆਂ ਦੀ ਪ੍ਰੋਬਲਮ ਰਹਿੰਦੀ ਹੈ ਵੀ ਗਰਮੀ ਜ਼ਿਆਦਾ ਮੰਨਦੇ ਨੇ, ਚਾਹੇ ਉਹ HF ਨਸਲ ਹੈ ਜਿਹੜੀਆਂ ਵੀ ਨਸਲਾਂ ਨੇ, ਅਤੇ ਦੁੱਧ ਕਿਵੇਂ ਵਧੇਰੇ ਫੈਟ ਵਾਲਾ ਲੈ ਸਕਦੇ ਹਾਂ, ਅਤੇ ਇਹ ਆਇਰਸ਼ਾਇਰ ਦੇ ਵਿੱਚ ਕੀ ਖਾਸੀਅਤ ਹੈ HF ਦੇ ਮੁਕਾਬਲੇ, ਅਤੇ ਇਹਦੇ ਬਾਰੇ ਦੱਸੋ। ਆਇਰਸ਼ਾਇਰ ਬਰੀਡ ਅਸੀਂ ਜੀ 12 ਸਾਲ ਤੋਂ ਇਸ ਨਸਲ 'ਤੇ ਕੰਮ ਕਰ ਰਹੇ ਹਾਂ। ਇਹਦੀ ਖਾਸੀਅਤ ਇਹ ਹੈ ਕਿ ਇਹ 50°C ਤੱਕ ਜਿਹੜਾ ਤਾਪਮਾਨ ਈਜ਼ੀਲੀ ਸਹਾਰ ਸਕਦੀ ਹੈ, ਕਿਉਂਕਿ ਆਪਣੇ 42-43 ਡਿਗਰੀ ਤੱਕ ਸਾਡਾ ਸੈਲਸੀਅਸ ਤਾਪਮਾਨ ਇੱਥੇ ਆਪਣੇ ਆਸਾਨੀ ਨਾਲ ਪੈਂਦਾ। ਹਾਂਜੀ ਹਾਂਜੀ। ਤਾਂ ਸਾਉਣ ਭਾਦਰੋਂ ਦੇ ਮਹੀਨੇ ਵਿੱਚ ਵੀ ਸਾਨੂੰ ਕਦੀ ਫਾਰਮ 'ਤੇ ਫੈਨ ਜਾਂ ਫੋਗਰ ਦੀ ਲੋੜ ਨਹੀਂ ਪਈ। ਐਨੀਮਲ ਸਟ੍ਰੈਸ ਨਹੀਂ ਬਿਲਕੁਲ ਲੈਂਦੇ, ਅਤੇ ਉਹਦੇ ਕਾਰਨ ਜਦੋਂ ਸਟ੍ਰੈਸ ਨਹੀਂ ਦਿੰਦੇ ਪ੍ਰੋਡਕਸ਼ਨ ਸਹੀ ਰਹਿੰਦੀ ਹੈ, ਕਿਉਂਕਿ ਪਸ਼ੂ ਦਾ ਇਨਟੇਕ ਜਦੋਂ ਸਹੀ ਰਹਿੰਦਾ ਤਾਂ ਉਹਦੇ ਨਾਲ ਪਸ਼ੂ ਜੁਗਾਲੀ ਸਹੀ ਕਰਦਾ, ਖਾਂਦਾ ਸਹੀ ਹੈ, ਤਾਂ ਫਿਰ ਆਪਾਂ ਨੂੰ ਵਧੀਆ ਫੈਟ ਅਤੇ ਵਧੀਆ SNF ਵਾਲਾ ਦੁੱਧ ਮਿਲਦਾ। ਇੱਕ ਇਹਦੇ ਫੈਟ ਦੇ ਵਿੱਚ ਵਿਗਿਆਨ ਦਾ ਮੰਨਣਾ, ਜਿੱਥੋਂ ਤੱਕ ਸਾਡਾ 12 ਸਾਲ ਦਾ ਤਜੁਰਬਾ ਹੈ, ਕਿ HF ਦੇ ਦੁੱਧ ਨਾਲੋਂ ਘੱਟੋ ਘੱਟ 7-8 ਪੁਆਇੰਟ ਜਿਹੜੇ ਨੇ ਫੈਟ ਦਾ ਫਰਕ ਰਹੂਗਾ। ਜਿੱਦਾਂ ਉਹਦੀ ਆਪਾਂ ਨੋਰਮਲ ਅਗਰ ਚੱਕੀਏ ਘੱਟ ਤੋਂ ਘੱਟ 33 ਅਤੇ ਵੱਧ ਤੋਂ ਵੱਧ 37-38, ਇਹਦੀ ਘੱਟ ਤੋਂ ਘੱਟ ਜੀ 4.0 ਤੋਂ ਲੈ ਕੇ 4.5 ਤੱਕ ਫੈਟ SNF ਰਹਿੰਦੀ, 84-85 SNF। ਤੁਸੀਂ ਇਕੱਲੇ ਹੀ ਹੋ ਜਿਹੜੇ ਆਇਰਸ਼ਾਇਰ 'ਤੇ ਕੰਮ ਕਰ ਰਹੇ ਹੋ, ਹੋਰ ਨਹੀਂ ਤਾਂ ਅੱਜ ਤੱਕ ਸੁਣਦੇ ਆਏ ਹਾਂ HF ਜਰਸੀ? ਹਾਂ, ਜਦੋਂ ਆਪਣਾ 2010-12 ਦੇ ਵਿੱਚ ਇਹਦੇ ਸੀਮਨ ਆਏ ਸੀ ਨਾ ਜੀ, ਅਤੇ ਉਦੋਂ ਦੌਰ ਸੀ HF ਦਾ ਪੂਰਾ। ਉਦੋਂ ਜਦੋਂ ਸੀਮਨ ਬਾਹਰੋਂ ਇੰਪੋਰਟ ਹੋਏ, ਕਈ ਕੰਪਨੀਆਂ ਨੇ, ਪਹਿਲਾਂ ਪੰਜਾਬ ਗੌਰਮੈਂਟ ਨੇ ਵੀ ਸੀਮਨ ਫਰਾਂਸ ਤੋਂ ਇੰਪੋਰਟ ਕੀਤਾ, ਉਹਨਾਂ ਨਾਲ ਵੀ ਇਹਦਾ ਸੀਮਨ ਆਇਆ, ਫਿਰ ਕੈਨੇਡਾ ਤੋਂ ਜਿਹੜੇ ਇੰਪੋਰਟਡ ਸੀਮਨ ਆਉਂਦੇ ਸੀ ਉਹਦੇ ਵਿੱਚ ਵੀ ਸੀਮਨ ਇਹਦਾ ਆਇਆ। ਉਦੋਂ ਜੀ HF ਪੂਰੇ ਸਿਖਰਾਂ 'ਤੇ ਸੀ, ਵੱਡੇ ਵੱਡੇ ਫਾਰਮ ਖੁੱਲ੍ਹ ਰਹੇ ਸੀ ਸਾਰੇ। ਉਦੋਂ ਇਸ ਬਰੀਡ ਨੂੰ ਕਿਤੇ ਨਾ ਕਿਤੇ ਜਦੋਂ ਕੋਈ ਬੱਚੀ ਕਿਸੇ ਘਰ ਆਉਂਦੀ ਸੀ ਰੈੱਡ ਐਂਡ ਵਾਈਟ ਦੀ, ਤਾਂ ਅਗਲਾ ਦੋਗਲੀ ਸਮਝ ਕੇ ਨਕਾਰ ਦਿੰਦਾ ਸੀ ਕਿ ਇਹ ਕਲਰ ਡਿਫਰੈਂਟ ਹੈ ਜੀ, ਸਾਨੂੰ ਤਾਂ ਬਲੈਕ ਐਂਡ ਵਾਈਟ ਵਾਲੀ ਅਮਰੀਕਨ ਗਾਂ ਚਾਹੀਦੀ ਹੈ, ਕਿਉਂਕਿ ਉਹਦਾ ਟ੍ਰੈਂਡ ਸੀ। ਉਹ ਜਿੱਦਾਂ ਜਿੱਦਾਂ ਬਰੀਡ ਪੂਰੀ ਡਿਵੈਲਪ ਹੋਈ, ਉਹ ਦੇਖੋ ਜੀ ਲਾਭ ਵੀ ਹੋਏ ਲੋਕਾਂ ਨੂੰ, ਜਦੋਂ ਉਹਦੀਆਂ ਹਾਨੀਆਂ ਕਮੀਆਂ ਪੇਸ਼ੀਆਂ ਪਤਾ ਲੱਗਣ ਲੱਗਾ। ਉੱਥੋਂ ਤੱਕ ਇਹ ਕਿ ਜਿਹਨਾਂ ਕੋਲ ਚੰਗਾ ਸੈਟਅਪ ਹੈ ਉਹ ਤਾਂ ਉਸ ਗਾਂ ਨੂੰ ਰੱਖ ਸਕਦੇ ਨੇ ਹਾਈ ਲੈਵਲ ਪੂਰੇ ਡੇਅਰੀ ਫਾਰਮ ਵਾਲੇ ਵੱਡੇ। ਜਿਹੜੇ ਬੰਦੇ ਘਰਾਂ ਦੇ ਵਿੱਚ ਜਿਹਨਾਂ ਕੋਲ ਘੱਟ ਉਹਨਾਂ ਦੀ ਨਿਊਟ੍ਰੀਸ਼ਨ ਨਹੀਂ ਪੂਰੀ ਹੋ ਸਕਦੀ ਨੋਰਮਲ ਡਾਇਟ 'ਤੇ, ਨੋਰਮਲ ਸਿਸਟਮ ਦੇ ਵਿੱਚ ਨੋਰਮਲ ਛੱਡਣ 'ਚ ਉਹ ਗਾਵਾਂ ਨਹੀਂ ਰਹਿੰਦੀਆਂ, ਇਸੇ ਕਰਕੇ ਲੋਕਾਂ ਨੂੰ ਸਮੱਸਿਆ ਆਉਣ ਲੱਗੀ, ਮੋਰਟੈਲਿਟੀ ਗਾਵਾਂ ਦੀ ਹੋਣ ਲੱਗੀ, ਬਿਮਾਰੀਆਂ ਵੱਧ ਗਈਆਂ, ਅੱਧੇ ਲੋਕਾਂ ਨੂੰ ਬਿਮਾਰੀ ਸਮਝ 'ਚ ਨਹੀਂ ਆਉਂਦੀ, ਉਹ ਵਹਿਮ ਭਰਮ ਦੇ ਵਿੱਚ ਪੈ ਗਈ, ਇਲਾਜ ਦੇ ਵਿੱਚ ਗਾਵਾਂ ਮਾਰ ਲੈਂਦੇ ਨੇ। ਇਸੇ ਕਰਕੇ ਸਾਡੇ ਕੋਲ ਵੀ ਜਦੋਂ ਫਾਰਮ ਦੀਆਂ ਗਾਈਆਂ, ਅਸੀਂ ਕਿਹਾ ਵੀ ਇਹ ਬਿਲਕੁਲ ਡਿਫਰੈਂਟ ਚੀਜ਼ ਹੈ, ਕਿਉਂਕਿ ਅਸੀਂ ਪਹਿਲਾਂ ਤੋਂ ਫਾਰਮਿੰਗ ਲਾਈਨ ਦੇ ਵਿੱਚ ਸੀ, ਸਾਨੂੰ ਪਤਾ ਸੀ ਕਿ ਇਹ ਕ੍ਰੋਸ ਬਰੀਡ ਨਹੀਂ ਹੈਗੀ, ਹੈਗੀ ਇਹ ਪਿਓਰ ਬਰੀਡ ਹੈ, ਲੇਕਿਨ ਹੈ ਹੋਰ ਹੈ। ਹੌਲੀ ਹੌਲੀ ਜਦੋਂ ਅਸੀਂ ਰਿਸਰਚ ਕਰਦੇ ਰਹੇ, ਇਸ ਚੀਜ਼ 'ਤੇ ਸਟੱਡੀ ਕੀਤੀ, ਫਿਰ ਸਾਨੂੰ ਪਤਾ ਲੱਗਾ ਕਿ ਇਹ ਵਾਕਈ ਹੀ ਰੈੱਡ ਐਂਡ ਵਾਈਟ ਜਿਹੜੀ ਹੈ HF ਦੀ ਤਰ੍ਹਾਂ ਵਿਦੇਸ਼ੀ ਜਾਤੀ ਦੀ ਬਰੀਡ ਹੈ, ਜਿਹੜੀ HF ਤੋਂ ਬਿਲਕੁਲ ਡਿਫਰੈਂਟ ਹੈ। ਤਾਂ ਫਿਰ ਹੌਲੀ ਹੌਲੀ ਅਸੀਂ ਸਾਰਾ ਫਾਰਮ ਇਸੇ ਬਰੀਡ ਦਾ ਕਰਤਾ। ਸਾਨੂੰ ਵੀ ਦਿੱਕਤਾਂ ਪਰੇਸ਼ਾਨੀਆਂ ਬਹੁਤ ਆਉਂਦੀਆਂ ਸੀ ਜੀ, ਲੱਖ-ਲੱਖ, 1.5-1.5 ਲੱਖ ਦੀ 1 ਸਾਲ 'ਤੇ ਮੈਡੀਸਿਨ ਲੱਗਦੀ ਸੀ HF 'ਤੇ। ਅਸੀਂ ਸੋਚਿਆ ਕਿ ਗਾਵਾਂ ਹੋਣ, ਦੁੱਧ ਵੀ ਇੰਨਾ ਮਿਲ ਜੇ 35-40 ਕਿਲੋ ਪ੍ਰਤੀ, ਅਤੇ ਪੂਰਾ ਲੰਬਾ ਟਾਈਮ ਦੁੱਧ ਵੀ ਚੱਲੇ, ਵਧੀਆ ਫੈਟ ਵੀ ਮਿਲ ਜੇ, ਜਿਹਦਾ ਰੇਟ ਵੀ ਵਧੀਆ ਲੱਗੇ ਮਾਰਕੀਟ 'ਚ। ਬਟ ਅਗਰ ਇਹ ਬਿਮਾਰੀਆਂ ਤੋਂ ਪੈਂਡਾ ਛੁੱਟ ਜੇ, ਖਰਚੇ ਤੋਂ ਪੈਂਡਾ ਛੁੱਟ ਜੇ, ਤਾਂ ਵਧੀਆ ਗੱਲ ਹੋਊਗੀ। ਫਿਰ ਅਸੀਂ ਜਦੋਂ ਇਹ ਤਿਆਰ ਕੀਤੀ, ਉਹ ਸਾਡੇ ਕੋਲ 2-4 ਐਨੀਮਲ ਉਦੋਂ ਪਹਿਲਾਂ ਦੇ ਆਏ, ਸਾਨੂੰ ਫਰਕ ਲੱਗਿਆ, ਫਿਰ ਅਸੀਂ ਹੌਲੀ ਹੌਲੀ ਸੀਮਨ ਅਪਰੋਚ ਕੀਤੀ, ਜਿਹੜੇ ਆਏ ਸੀ ਕੁਛ ਲਏ, ਉਸ ਤੋਂ ਬਾਅਦ ਅਸੀਂ ਆਪਦੇ ਬੁੱਲ ਤਿਆਰ ਕੀਤੇ। ਹੁਣ ਫਿਰ ਅਸੀਂ ਵਰਲਡ ਵਾਈਡ ਸ਼ਾਇਰ ਨਾਲ ਗੱਲਬਾਤ ਕਰਕੇ ਬਾਹਰੋਂ ਸੀਮਨ ਮੰਗਾਏ, ਤਾਂ ਫਿਰ ਉਹ ਲਾਏ, ਅਤੇ ਅੱਜ ਅਸੀਂ ਆਪਣੇ ਫਾਰਮ 'ਤੇ ਪੂਰਾ ਹੀ ਆਇਰਸ਼ਾਇਰ
ਫਾਰਮੇਸੀ ਸਥਾਪਿਤ ਕਰਤਾ ਆਪਣੇ ਪਿੰਡ ਸ਼ੇਰਗੜ੍ਹ ਵਿਖੇ। ਹੁਣ ਅਸੀਂ ਆਪਣੀ ਜਿਹੜੀ ਸਾਡੀ ਮਨ ਦੀ ਇੱਛਾ ਇਹ ਹੈ ਕਿ ਪੂਰੇ ਪੰਜਾਬ ਦੇ ਹਰੇਕ ਆਮ ਘਰ ਜ਼ਿਮੀਂਦਾਰ ਦੇ ਘਰ ਦੇ ਵਿੱਚ ਇਹ ਗਾਂ ਹੋਣੀ ਚਾਹੀਦੀ ਤਾਂ ਕਿ ਉਹਦਾ ਪ੍ਰੋਫਿਟ ਉਹਨੂੰ ਪੂਰਾ ਮਿਲ ਸਕੇ ਜਿੰਨੀ ਉਹ ਮਿਹਨਤ ਕਰਦਾ। ਅਤੇ ਨਵਦੀਪ ਜੀ, ਇਸ ਟਾਈਮ ਪੰਜਾਬ ਦੇ ਵਿੱਚ ਕਿੰਨੇ ਕੁ ਆਇਲ ਸ਼ੇਅਰ ਗਾਵਾਂ ਹੋਣਗੀਆਂ ਜਾਂ ਕਿੰਨੇ ਕੁ ਫਾਰਮਾਂ 'ਤੇ? ਪੰਜਾਬ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਜਿਹੜਾ ਫਾਰਮ, ਅਗਰ ਇਕੱਠੇ ਤੁਹਾਨੂੰ ਇੰਨਾ ਆਪਾਂ ਫਾਰਮ ਕਹਿ ਸਕਦੇ ਹਾਂ, ਗਾਵਾਂ ਦਾ ਝੁੰਡ ਕਹਿ ਸਕਦੇ ਹਾਂ ਇਕੱਠਾ, ਤਾਂ ਉਹ ਸਾਡੇ ਫਾਰਮ 'ਤੇ ਆ, ਜਿੱਥੇ ਤੁਹਾਨੂੰ 30-40 ਐਨੀਮਲ ਜਾਂ 25-30 ਐਨੀਮਲ ਸਾਡੇ ਫਾਰਮ 'ਤੇ ਹਜੇ ਹੈਗੇ ਨੇ ਜੀ, ਜਿਹਨਾਂ ਵਿੱਚੋਂ ਅਸੀਂ ਕੁਝ ਸੇਲ ਵੀ ਕਰਦੇ ਹਾਂ ਟਾਈਮ ਟੂ ਟਾਈਮ। ਅਸੀਂ ਇੰਨੇ ਕੁ ਫਾਰਮ 30 ਐਨੀਮਲ ਦਾ ਸੈਟਅਪ ਫਾਰਮ 'ਤੇ ਲਾਇਆ ਹੋਇਆ। ਬਾਕੀ ਅਗਰ ਅਸੀਂ ਜਿਵੇਂ ਜਿੱਦਾਂ ਘੁੰਮ ਕੇ ਵੇਖਿਆ, ਅਸੀਂ ਹੁਣ ਕਈ ਡਿਫਰੈਂਟ ਮੇਲਿਆਂ 'ਤੇ ਗਏ ਹਾਂ ਜਾਂ ਸਾਡੇ ਸੋਸ਼ਲ ਮੀਡੀਆ 'ਤੇ ਪੇਜ ਚੱਲਦੇ ਨੇ ਕਿ ਹਰੇਕ ਪਿੰਡ ਦੇ ਵਿੱਚ ਘੱਟੋ ਘੱਟ 5-5-4 ਐਨੀਮਲ ਇਸ ਨਸਲ ਦੇ ਹੈਗੇ ਨੇ। ਹੈਗੇ ਹਾਂਜੀ। ਅਗਰ ਕੋਈ ਨਾ ਕੋਈ ਸ਼ੋਅ ਪ੍ਰੋਪਰ ਇਸ ਬਰੀਡ ਦਾ ਹੋਣ ਲੱਗ ਜੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਉਣ ਵਾਲੇ 1-2 ਸਾਲਾਂ ਵਿੱਚ 500,000 ਐਨੀਮਲ ਕੱਸਾ ਇਸ ਬਰੀਡ ਦਾ ਖੜੂਗਾ। ਸੂਆ ਇਹਦਾ ਈਜ਼ੀ ਕਾਵਿੰਗ ਹੈ ਜੀ, ਬਹੁਤ ਵਧੀਆ, ਉਹੀ 12-14 ਮਹੀਨੇ 'ਚ ਵੱਛੀ ਤਿਆਰ ਹੋ ਜਾਂਦੀ ਹੈ। ਅੱਛਾ ਜੀ। ਅਤੇ ਬਟ ਇਹ 10-10 ਸੂਏ ਤੱਕ ਗਾਵਾਂ ਦੁੱਧ ਦਿੰਦੀਆਂ ਨੇ ਜੀ, ਇਹਨਾਂ ਨੂੰ ਕੋਈ ਪਰਵਾਹ ਨਹੀਂ, ਇਹਨਾਂ ਦੀ ਇਮਿਊਨਿਟੀ ਬਹੁਤ ਅੱਛੀ ਹੁੰਦੀ ਹੈ, ਮੌਸਮ ਦੀ ਮਾਰ ਜਿਹੜੀ ਗਰਮੀ ਦੀ ਮਾਰ ਚੱਲਦੀ ਹੈ, ਗਰਮੀ ਦੀ ਮਾਰ ਚੱਲਦੀਆਂ ਨੇ, ਇਮਿਊਨਿਟੀ ਅੱਛੀ ਹੁੰਦੀ ਹੈ, ਸਰੀਰ ਦਾ ਢਾਂਚਾ ਜਿਹੜਾ ਬਹੁਤ ਵਧੀਆ ਹੁੰਦਾ ਹੈ, ਮੀਡੀਅਮ ਪਸ਼ੂ ਦੀ ਹਾਈਟ 'ਤੇ ਗਰੋਥ ਹੁੰਦੀ ਹੈ, ਇਸੇ ਕਰਕੇ ਹੂਫ ਜਾਂ ਲੱਤਾਂ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ। ਕੀ ਤੁਹਾਨੂੰ ਗੜਵਾਸੂ ਜਾਂ PDF ਵੀ ਇਹਨੂੰ ਪ੍ਰਮੋਟ ਕਰ ਰਹੀ ਹੈ? ਦੇਖੋ ਜੀ, PDF ਤੱਕ ਅਸੀਂ ਅਪਰੋਚ ਕੀਤੀ ਸੀ, ਉਹਨਾਂ ਨਾਲ ਹਜੇ ਕੋਈ ਗੱਲਬਾਤ ਨਹੀਂ ਹੋਈ, ਹਜੇ ਉਹ ਦੋ ਚਿੱਤੀ ਨੇ ਕਿ ਕਿਹੜੀ ਇਹ ਬਰੀਡ ਹੈ ਕਿਹੜੀ ਕੀ ਨਹੀਂ। ਅਸੀਂ ਹੁਣ DLFA ਮੇਲੇ ਵਿੱਚ ਗਏ ਸੀ ਅਲੱਗ ਤੌਰ ਤੋਂ, ਜਿੱਥੇ ਇਹਦੀ ਮਿਲਕਿੰਗ ਲੋਕਾਂ ਨੂੰ ਵਿਖਾਈ, ਉੱਥੇ ਲੋਕਾਂ ਨੇ ਚਾਹਿਆ, ਗੜਵਾਸੂ ਦੇ VC ਸਾਹਿਬ ਆਏ, ਉਹਨਾਂ ਨੇ ਵੀ ਸਾਡੀ ਬਰੀਡ ਦੀ ਸ਼ਲਾਘਾ ਕੀਤੀ, ਦੇਖੀਆਂ ਗਾਵਾਂ ਦਾ ਦੁੱਧ ਵੇਖਿਆ। ਪਰ ਆਉਣ ਵਾਲੇ ਦਿਨਾਂ ਵਿੱਚ ਸਾਰੇ ਨੂੰ ਅਸੀਂ ਅਪਰੋਚ ਕਰਦੇ ਹਾਂ, ਨਾਲੇ ਅਪੀਲ ਕਰਦੇ ਹਾਂ ਕਿ ਸਾਰੇ ਆਪਣੇ ਜਿਹੜੇ ਨੇ ਕੋਈ ਨੇੜਤਾ ਨੂੰ ਆਪਾਂ ਚੱਕੀਏ, ਕਿਸਾਨ ਦੇ ਹੱਕ ਦੀ ਬਰੀਡ ਨੂੰ ਚੱਕੀਏ। ਵੇਖੋ, ਜਿਹੜਾ ਪ੍ਰੋਗਰੈਸਿਵ ਫਾਰਮਰ ਹੈ ਉਹ ਅੱਜ ਤੱਕ ਬਹੁਤ ਅੱਗੇ ਲੈਵਲ 'ਤੇ ਪਹੁੰਚ ਚੁੱਕਿਆ, ਜਿੱਥੋਂ ਤੱਕ ਇੱਕ ਆਮ ਜ਼ਿਮੀਂਦਾਰ ਜੀ 10 ਸਾਲ ਜਾ ਕੇ ਵੀ ਨਹੀਂ ਪਹੁੰਚ ਸਕਦਾ। ਹਾਂਜੀ ਹਾਂਜੀ। ਇਸੇ ਕਰਕੇ ਅਗਰ ਆਪਾਂ ਆਮ ਜ਼ਿਮੀਂਦਾਰ ਨੂੰ ਕੋਈ ਐਜਾਂ ਦੀ ਬਰੀਡ ਲਿਆ ਕੇ ਦਈਏ, ਦੇਖੋ ਹੁਣ HF 'ਤੇ ਕੰਮ ਹੋਇਆ, HF ਬਹੁਤ ਡਿਵੈਲਪ ਕਰ ਗਈ, ਜਰਸੀ 'ਤੇ ਕੰਮ ਹੋ ਰਿਹਾ, ਜਰਸੀ ਬਹੁਤ ਅੱਗੇ ਚੱਲ ਗਈ, ਜਦੋਂ ਇਹ ਬਰੀਡ ਦੇ ਮੇਲੇ ਲੱਗਣ ਲੱਗ ਜਾਣਗੇ, ਸੀਮਨ ਬਾਹਰੋਂ ਇੰਪੋਰਟ ਕਰਨ ਲੱਗ ਜਾਣਗੀਆਂ ਕੰਪਨੀਆਂ, ਕੰਮ ਹੋਊਗਾ ਤਾਂ 2-4 ਸਾਲਾਂ 'ਚ ਪੂਰੀ ਫੈਲ ਜੂਗੀ। ਸਾਡਾ ਇਹ ਸੁਪਨਾ ਹੈ ਕਿ ਜਿੰਨਾ ਕੁ ਹੋ ਸਕਦਾ ਕਿਸਾਨ ਦਾ ਫਾਇਦਾ ਹੋ ਸਕੇ ਤਾਂ ਇਹ ਬਰੀਡ ਨੂੰ ਅਸੀਂ ਪ੍ਰਮੋਟ ਕਰੀਏ। ਨਵਦੀਪ ਸਿੰਘ ਜੀ, ਇਹ ਗੱਲਾਂ ਤੇ ਡੇਅਰੀ ਫਾਰਮਿੰਗ ਲਈ ਵਧੀਆ ਰਹਿਣਗੀਆਂ ਤੇ ਉਹਦੀ ਪ੍ਰੋਫਿਟੇਬਿਲਟੀ 'ਚ ਵੀ ਵਾਧਾ ਕਰਨਗੀਆਂ। ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਫਿਰ ਹਾਜ਼ਰ ਹੋਵਾਂਗੇ, ਨਾਲ ਹੀ ਤੁਹਾਨੂੰ ਨਵਦੀਪ ਸਿੰਘ ਦਾ ਨੰਬਰ ਵੀ ਸ਼ੇਅਰ ਕਰ ਰਹੇ ਹਾਂ ਤਾਂ ਜੋ ਕਿਸੇ ਵੀ ਸਮੇਂ ਤੁਸੀਂ ਕੰਟੈਕਟ ਕਰ ਸਕਦੇ ਹੋ, ਸੀਮਨ ਲੈਣ ਲਈ ਵੀ ਕੰਟੈਕਟ ਕਰ ਸਕਦੇ ਹੋ। 9304-000100। ਠੀਕ ਹੈ ਨਵਦੀਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ।